ਭਰਜਾਈ ਮੁੰਡੇ ਕਿੱਥੇ ਨੇ? ਤੇਰੇ ਪਿੱਛੇ ਸ਼ਰੀਕ ਕਾਨੂੰਨ ਨੰਬਰ ਤੋਂ ਮੈਸੇਜ ਆ ਕਿ ਸੀਸੀਟੀਵੀ ਤੋਂ ਬਚ ਕੇ ਜਦ ਭੱਜੋ ਏ ਓ ਫੜੋ ਇਹਨੂੰ। ਯਾਰ ਕੀ ਹੋ ਗਿਆ ਇਹਨੂੰ? ਇੱਕ ਮਿੰਟ ਯਾਰ, ਮੈਂ ਰਿਮੋਟ ਲੈ ਕੇ ਆਉਣਾ। ਉਹ ਤੂੰ ਕੀ ਦੇਖੀ ਜਾਣਾ? ਰਿਮੋਟ ਤਾਂ ਨੀ ਦੇਖਿਆ ਕਿਤੇ? ਨਹੀਂ ਨਹੀਂ ਮੈਂ ਨੀ ਦੇਖਿਆ। ਲੱਕੀ ਲੱਕੀ ਓ ਲੱਕੀ ਯਾਰ, ਕਿਉਂ ਦੁਖੀ ਕੀਤਾ ਯਾਰ ਤੂੰ ਸਵੇਰੇ? ਯਾਰ LED ਕਦੋਂ ਲੈ ਕੇ ਆਣੀ ਆ? ਅਖਬਾਰ ਦਾ ਡੱਬਾ ਸਾਲਾ ਚੱਲਦਾ ਤਾਂ ਹੈ ਨਹੀਂ ਯਾਰ। ਕਿਹਾ ਆ ਯਾਰ ਫੌਜੀ ਨੂੰ ਅੱਜ ਦੇ ਦੂਗਾ ਐਡਰੈਸ। ਯਾਰ ਹੋਇਆ ਕੀ ਆ ਵੈਸੇ? ਯਾਰ ਘਾਤ ਆਉਣੀ ਸੀ ਅੱਜ ਸਨੀ ਦਿਓਲ ਦੀ, ਮੈਂ ਕਦੇ ਮਿਸ ਨਹੀਂ ਕੀਤੀ। ਯਾਰ ਕਿਹੋ ਜਿਹਾ ਰੱਦੀ ਟੈਲੀਵਿਜ਼ਨ ਰੱਖਿਆ? ਜੇ ਮਜ਼ਦੂਰ ਕਾ ਟੈਲੀਵਿਜ਼ਨ ਹੈ ਕਾਤੀਆ, ਤੇਰੀ ਉਹ ਭੈਣ ਦਾ ਕਾਤੀਆ। ਪਰ ਸਾਲਿਆ ਤੂੰ ਤਾਂ ਕਹਿੰਦਾ ਸੀਗਾ ਮੈਂ ਜੌਨ ਇਬਰਾਹਿਮ ਦਾ ਫੈਨ ਆ, ਆ ਸਨੀ ਦਿਓਲ ਦੀ ਫਿਲਮ ਪਿੱਛੇ ਕਿਉਂ ਪਿਆ? ਉਹ ਤਾਂ ਯਾਰ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਕਹਿਦਾ ਹੀ ਦਾ, ਫੈਨ ਤਾਂ ਮੈਂ ਅਸਲੀ ਸਨੀ ਦਿਓਲ ਦਾ ਹੀ ਹਾਂ। ਇੱਦਾਂ ਕੁੜੀਆਂ ਇੰਪ੍ਰੈਸ ਹੋ ਜਾਂਦੀਆਂ? ਬਹੁਤ ਟ੍ਰਿਕਾਂ ਨੇ ਯਾਰ, ਤੇਰੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ। ਬੁੱਢੀ ਭਾਂ ਪਿੱਛੇ ਚਲ, ਪਿੱਛੋ ਪਿੱਛੋ ਕੀ ਚਾਹੀਦਾ? ਚਾਹੀਦਾ ਚੀਜ਼ ਦਾ ਕੁਛ ਨਹੀਂ ਜੀ। ਗੁਰੂ ਜੀ ਦਾਸ ਨੂੰ ਰੱਖੋ ਆਪਣੇ ਚਰਨਾਂ 'ਚ, ਅਤੇ ਕੋਈ ਐਸਾ ਗੁਰਮੰਤਰ ਦਿਓ ਜਿਹਦੇ ਨਾਲ ਮੈਂ ਜੈਸਿਕਾ ਫਸਾ ਸਕਾਂ। ਦੇਖ ਮੰਤਰ ਮੁੰਤਰ ਤਾਂ ਕੋਈ ਨਹੀਂ, ਜੈਸਿਕਾ ਲਈ ਤਾਂ ਤੈਨੂੰ ਕੋਈ ਵੱਡਾ ਹੀ ਯੱਕ ਕਰਾਉਣਾ ਪੈਣਾ। ਅੱਛਾ ਜੀ, ਮਤਲਬ ਫਿਰ ਮੈਂ ਕੰਮ ਕੈਂਸਲ ਹੀ ਸਮਝਾਂ? ਜੇ LED TV ਮੇਰੇ ਨੇੜੇ ਆ ਜੂ ਤਾਂ ਸਮਝ ਲਾ ਜੈਸਿਕਾ ਤੇਰੇ ਨੇੜੇ ਆ ਜੂ। ਇਹ ਕਿਹੜੀ ਗੱਲ ਕਰ ਦਿੱਤੀ ਤੁਸੀਂ? ਹੈਲੋ, ਹਾਂ ਸੂਬੇਦਾਰ ਵਿਜੇ ਕੁਮਾਰ ਬੋਲਦਾ। ਖੜ ਜਾ ਵੱਡਿਆ ਕਾਲਿਆ, ਮੈਂ ਆਪੇ ਚੂਜ਼ ਕਰਕੇ ਦੱਸੂਗਾ ਕਿਹੜੀ ਲੈਣੀ ਆ। ਜੋ ਹੁਕਮ ਮੇਰੇ ਆਕਾ, ਜੋ ਹੁਕਮ। ਉਹ ਐਂ ਤਾਂ ਫਿਰ ਬਾਈ ਤੇਰਾ ਫੇਵਰਟ ਸਿੰਗਰ ਵੀ ਮਿੱਕੀ ਸਿੰਘ ਨਹੀਂ ਹੋਣਾ? ਉਹ ਤਾਂ ਯਾਰ ਉੱਦਾਂ ਹੀ ਕੁੜੀਆਂ ਇੰਪ੍ਰੈਸ ਕਰਨ ਲਈ ਕਹੀਦਾ, ਫੈਨ ਤਾਂ ਆਪਾਂ ਬੱਬੂ ਮਾਨਦੇ ਹੀ ਹਾਂ। ਬਾਬੇ ਬਹੁਤ ਅੱਛੀ ਸ਼ੋਅ ਸੀ, ਬੰਬ ਦਾ ਚਾਂਡੀ ਦੇ ਮੈਂ ਲਾਈਵ ਦੇਖਿਆ। ਲੈ ਮੈਂ ਵੀ ਲਾਈਵ ਦੇਖਿਆ। ਉਹ ਅੱਛਾ, ਹਾਂ ਕਿੱਥੇ ਸੀ ਤੂੰ?
ਬਾਬੇ ਮੁੰਡਾ ਨਹੀਂ ਕੁੱਟਿਆ, ਗਿੱਚੀ ਫੜ ਫੜ ਜੀ ਨੂੰ ਕੁੱਟਰੇ ਸੀ ਯਾਰ, ਉਹਨੇ ਤਾਂ ਕੁੱਟਿਆ। ਗੱਲ ਕੀ ਹੋ ਗਈ ਸੀ ਯਾਰ? ਗੱਲ ਤਾਂ ਤੈਨੂੰ ਕੀ ਦੱਸਾਂ, ਉਹੀ ਸੀ ਸਾਲਾ ਸ਼ਹਿਰੀ ਜਬਰਾਂ ਦੇ ਲੜੂ ਜਾ ਖੜਾ ਕਿਤੇ ਕੋਨੇ ਦੇ। ਪਹਿਲਾਂ ਕਹਿੰਦਾ ਮੈਨੂੰ ਸਮਝ ਨਹੀਂ ਆ ਰਿਹਾ, ਅਸੀਂ ਮੰਨਿਆ ਵੀ ਬਾਈਕ ਆਉਂਦਾ ਪੂਰਾ ਠੀਕ ਤਾਂ ਨਹੀਂ ਆ ਰਿਹਾ ਹੋਊਗਾ ਕੰਮ, ਫਿਰ ਸਾਲਾ ਕਿਤੇ ਕਹਿੰਦਾ ਮੈਂ ਤੂੰ ਬੋਰ ਹੋ ਰਹਾ ਹੂੰ। ਬਾਬੇ ਫੜਦਾ ਗਿੱਚੀ ਤੋਂ ਦੇ ਗੋਡੇ ਦੇ ਗੋਡਾ, ਦੇ ਗੋਡੇ ਦੇ ਗੋਡਾ। ਉਹ ਯਾਰ ਮੈਨੂੰ ਬੁਲਾਉਣਾ ਸੀ ਦਿੰਦੇ ਧਨੇਸੜੀ ਸਾਲੇ ਨੂੰ। ਉਹ ਯਾਰ ਤੂੰ ਕਿਤੇ ਸਾਲ ਪਹਿਲਾਂ ਮਿਲਿਆ ਹੁੰਦਾ ਤਾਂ ਮੈਂ ਬੁਲਾ ਲੈਂਦੇ। ਉਹ ਯਾਰ ਐਲਈਡੀ ਫਾਈਨਲ ਕਰ ਜਾ ਕੇ ਦੇਖਾਂ। ਕਿਆ ਬਾਤ ਹੈ, ਕਿਆ ਬਾਤ ਹੈ ਬਾਬੇ। ਸਾਲਾ ਸਾਨੂੰ ਕਹਿੰਦਾ ਸੱਟਾਂ ਖਾ ਕੇ ਆ ਗਏ, ਆਪਦੇ ਡੇਲੇ ਬਾਹਰ ਆਏ ਪਏ। ਤੁਹਾਡੇ ਵਾਂਗੂ ਜਵਾਨੇ ਤਾਂ ਨੀ ਬਣਾਏ। ਓਏ ਮੈਨੂੰ ਗੁੱਸਾ ਭੈੜਾ ਮੇਰਾ, ਮੈਂ ਇੱਕ ਅੱਧਾ ਬੰਦਾ ਕੁੱਟ ਕੇ ਫੇਰ ਰੋਟੀ ਖਾਂਦਾ। ਲੈ ਜਾ ਤੂੰ ਵੱਡਾ ਗ੍ਰੇਟ ਖਲੀ। ਕੀ ਦੇਖ ਰਿਹਾ ਰੂ? ਕੁਛ ਨਹੀਂ ਕੁਛ ਨਹੀਂ। ਅੱਜ ਬਲਬੀਰ ਸਰ ਨਹੀਂ ਆਏ ਇਸ ਕਰਕੇ ਲੈਕਚਰ ਫ੍ਰੀ ਹੈ। ਅਨਮੋਲ ਇੱਦਾਂ ਬਿਨਾ ਸੋਚੇ ਸਮਝੇ ਨਾ ਕਿਸੇ ਦੇ ਕੈਰੇਕਟਰ ਤੇ ਉਂਗਲ ਨਹੀਂ ਚੱਕੀ ਦੀ ਹੁੰਦੀ। ਹੈ ਕੀ ਹੈ? ਰਿਪੋਰਟਸ ਨੇ ਪਰਸੋਂ ਦੀਆਂ। ਅਨਮੋਲ ਅਨਮੋਲ ਤੈਨੂੰ ਮੇਰੇ ਤੋਂ ਪ੍ਰੋਬਲਮ ਕੀ ਆ? ਕਿਉਂ ਮੇਰੇ ਨਾਲ ਔਖਾ ਹੋਇਆ ਰਹਿੰਦਾ? ਦੇਖ ਡੇਜ਼ੀ, ਜੇ ਤੇਰੀ ਜਗ੍ਹਾ ਤੇ ਕੋਈ ਹੋਰ ਕੁੜੀ ਹੁੰਦੀ ਤੇ ਉਹਦੇ ਇੱਕ ਵਾਰ ਇੱਦਾਂ ਕਹਿਣ ਤੇ ਬਲਬੀਰ ਸਰ ਸਾਰੀ ਕੁੜੀਆਂ ਦੀ ਪਨਿਸ਼ਮੈਂਟ ਮਾਫ ਕਰ ਦਿੰਦੇ ਤੇ ਮੈਂ ਉਹਦੇ ਨਾਲ ਵੀ ਇੱਦਾਂ ਹੀ ਕਰਨਾ ਸੀ। ਪਰ ਕਿਸੇ ਨੂੰ ਇੰਨੀ ਪਰੀ ਕਲਾਸ 'ਚ ਝੂਠੀ ਕਹਿਣਾ ਇਹ ਵੀ ਤਾਂ ਚੰਗੀ ਗੱਲ ਨਹੀਂ ਨਾ? ਦੇਖ ਡੇਜ਼ੀ, ਮੈਨੂੰ ਤੇਰੇ ਤੋਂ ਕੋਈ ਪਰਸਨਲ ਖੁੰਦਕ ਨਹੀਂ ਹੈ, ਮੈਂ ਜੋ ਕੀਤਾ ਬਿਲਕੁਲ ਸਹੀ ਕੀਤਾ ਐਂਡ ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ। ਯੂ ਨੋ ਵਾਟ, ਜਸਟ ਲੀਵ ਇਟ। ਡੇਜ਼ੀ ਤੈਨੂੰ ਡਿਪਰੈਸ਼ਨ ਆ? ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹਰ ਸਾਲ ਆਪਣੇ ਕਾਲਜ ਦੇ ਵਿੱਚ ਯੂਥ ਫੈਸਟੀਵਲ ਮਨਾਇਆ ਜਾਂਦਾ, ਇਸ ਸਾਲ ਯੂਥ ਫੈਸਟੀਵਲ ਦੇ ਵਿੱਚ ਡੂਇਟ ਸਿੰਗਿੰਗ ਕੰਪੀਟੀਸ਼ਨ ਹੋ ਰਿਹਾ। ਜੇ ਕੋਈ ਸਟੂਡੈਂਟ ਪਾਰਟੀਸਪੇਟ ਕਰਨਾ ਚਾਹੁੰਦੇ ਹਨ ਤਾਂ ਪਲੀਜ਼ ਆਪਣਾ ਨਾਮ ਲਿਖਵਾ ਦਿਓ। ਐਕਸਕਿਊਜ਼ ਮੀ ਮਿਸ, ਗੇ ਕਪਲ ਵੀ ਪਾਰਟੀਸਪੇਟ ਕਰ ਸਕਦੇ ਹਨ? ਸੌਰੀ, ਮੇਰਾ ਮਤਲਬ ਮੁੰਡੇ ਵੀ ਪਾਰਟੀਸਪੇਟ ਕਰ ਸਕਦੇ ਆ ਜੀ? ਯਾ ਸ਼ੋਰ। ਵਾਹ ਵਾਹ, ਕੀ ਬਾਤ ਹੈ, ਜਾਓ ਬਈ ਜਿਸ ਤਰ੍ਹਾਂ ਦੇ ਨਾਂ ਜਿਹੜਾ ਆ ਮੁੰਡਿਆਂ ਦਾ ਨਾਂ ਲਿਖੋ ਜਰਾ। ਰੂਪ, ਆਪਾਂ ਵੀ ਡਿਊਟ ਪਰਫਾਰਮੈਂਸ ਦਈਏ। ਉਹ ਬਹਿ ਜਾ ਵੱਡੀ ਮਿਸ ਪੂਜਾ। ਬ੍ਰੇਕ। ਸਿਮਰਨ ਕਿੱਥੇ? ਉਹ ਆ ਕਿੱਥੋਂ ਆ ਗਈ ਇੱਥੇ? ਪੰਗਾ ਪੈ ਗਿਆ ਸਾਲਾ। ਸਿਮਰਨ ਕੀਰਤ, ਰਾਈਟ? ਹਾਂ। ਤੂੰ ਇੱਥੇ ਕਿਵੇਂ? ਮੈਂ ਇੱਥੇ ਫਾਰਮੇਸੀ 'ਚ ਐਡਮਿਸ਼ਨ ਲਿੱਤੀ। ਮੇਰਾ ਫਰੈਂਡ ਨੇ। ਓਕੇ, ਡੈਡ ਇੱਥੇ ਸ਼ਿਫਟ ਹੋ ਗਏ? ਨਹੀਂ ਨਹੀਂ, ਡੈਡ ਉੱਥੇ ਹੀ ਨੇ, ਮੈਂ ਇੱਥੇ ਫਲੈਟ 'ਚ ਰਹਿੰਦੀ ਆਪਣੀ ਫਰੈਂਡਸ ਦੇ ਨਾਲ। ਓਕੇ ਓਕੇ। ਯੂ ਡੂਇੰਗ ਕੰਪਿਊਟਰ ਇੰਜੀਨੀਅਰਿੰਗ ਰਾਈਟ? ਹਾਂ, ਸੈਕਿੰਡ ਈਅਰ ਆ। ਇੱਕ ਮਿੰਟ ਰੂਪ, ਮੈਂ ਨਾ ਤੈਨੂੰ ਕਿਸੇ ਨਾਲ ਮਿਲਾਉਣੀ ਆ। ਓ ਰਿਕੁਐਸਟ ਤਾਂ ਮੈਨੂੰ ਵੀ ਆ ਗਈ ਵੈਸੇ ਇੱਕ। ਤੈਨੂੰ ਕਿਹਦੀ ਰਿਕੁਐਸਟ ਆ ਗਈ? ਓ ਸਿਮਰਨ ਦੀ ਪਹਿਚਾਣਿਆ? ਨਹੀਂ ਗੱਪੀ, ਇਹ ਕੰਮ ਨਹੀਂ ਕੰਮ। ਰੁਪਿੰਦਰ, ਓ ਮਾਈ ਗੋਡ, ਰੁਪਿੰਦਰ ਇਹ ਉਹੀ ਹੈ ਨਾ ਜੋ ਗੋਲੂ ਮੋਲੂ ਜਿਹਾ ਹੁੰਦਾ ਸੀ? ਯੂ ਹੈਵ ਗ੍ਰੋਨ ਰੀਲੀ ਵੈਲ ਯਾਰ, ਯੂ ਲੁੱਕ ਹੈਂਡਸਮ ਨਾਓ। ਲੈ ਇਹ ਵੀ ਗੱਪੀ ਹੈ। ਵੈਸੇ ਅਸੀਂ ਨਾ ਪਿਛਲੇ 7 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਾਂ। ਨਾਈਸ। ਕਿਉਂ ਨਾ ਆਪਾਂ ਕਿਸੇ ਦਿਨ ਡਿਨਰ ਤੇ ਚੱਲੀਏ, ਇਸ ਬਹਾਨੇ ਸਕੂਲ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ। ਡੈਫੀਨੇਟਲੀ, ਆਈ ਥਿੰਕ ਵੀ ਸ਼ੁੱਡ ਡੈਫੀਨੇਟਲੀ ਮੇਕ ਅ ਪਲਾਨ। ਬਸ ਇੱਕ ਵਾਰ ਆ ਯੂਥ ਫੈਸਟੀਵਲ ਦਾ ਕੰਮ ਹੋ ਜੇ, ਐਂਡ ਵਾਟ ਅਬਾਊਟ ਸੈਟਰਡੇ ਨਾਈਟ ਦੈਨ? ਓਕੇ, ਸੈਟਰਡੇ ਨਾਈਟ ਡਨ, ਠੀਕ ਹੈ ਫਿਰ। ਓਕੇ ਚਲੋ, ਦੈਨ ਆਈਲ ਸੀ ਯੂ ਗਾਈਸ। ਓਕੇ ਬਾਏ। ਯਾਰ ਪਹਿਲਾਂ ਜਿੰਨੀ ਸੋਹਣੀ ਪਈ ਆ ਨਾ। ਪੱਕੀ ਗੱਲ ਆ ਯਾਰ। ਕੀਰਤ ਆ ਜਾ, ਲਾਇਬ੍ਰੇਰੀ ਚੱਲੀਏ। ਹਾਂ ਚਲੋ। ਹੋ ਹੋ ਬਾਬੇ, ਆਹ ਨਾ ਸੀਨ ਦੇਖਿਆ? ਸਾਰੇ ਸ਼ੋਅ ਦੇਖੇ ਨੇ ਯਾਰ ਬਾਬੇ, ਲਾਈਵ ਸਾਰੇ ਲਾਈਵ ਗਾਏ ਹੋਏ ਨੇ ਤੇਰੇ ਵੱਲ ਜ਼ਰਾ ਜ਼ਰਾ। ਜੱਸ, ਹੁਣ ਤਾਂ ਯਾਰ ਕੁੜੀਆਂ ਵੀ ਕਲਾਸਰੂਮ 'ਚੋਂ ਚਲੇ ਗਈਆਂ, ਕੁੜੀਆਂ ਨੂੰ ਫਸਾਉਣ ਦੇ ਟ੍ਰਿਕਸ ਹੀ ਦੱਸਦੇ ਯਾਰ। ਸਹੀ ਗੱਲ ਆ ਵੀਰ ਯਾਰ।
ਦੱਸ ਦੇ ਯਾਰ ਕਰੀ ਮਤ ਚਲੋ ਤੁਸੀਂ ਵੀ ਕੀ ਯਾਦ ਰੱਖੋਗੇ ਕਿ ਪ੍ਰੋਫੈਸਰ ਜਸਪ੍ਰੀਤ ਸਿੰਘ ਰੰਧਾਵਾ ਨੇ ਤੁਹਾਨੂੰ ਕਦੀ ਕੁੜੀਆਂ ਪਸੰਦ ਤੇ ਗੈਸਟ ਲੈਕਚਰ ਦਿੱਤਾ ਵਾ ਵਾ ਕੀ ਬਾਤ ਹੈ ਕੀ ਬਾਤ ਹੈ ਆਓ ਜੀ ਆਓ ਸਰ ਲੈਕਚਰ ਸ਼ੁਰੂ ਕਰੀਏ ਕਿਉਂਕਿ ਟਾਈਮ ਬਹੁਤ ਘੱਟ ਹੈ ਅਤੇ ਸਿਲੇਬਸ ਬਹੁਤ ਜ਼ਿਆਦਾ ਜੀ ਹਾਂਜੀ ਅੱਕ ਕਿਵੇਂ ਲੱਗੀ ਹੈ ਸਰ ਮੈਨੂੰ ਸਾਨੂੰ ਕੀ ਮੌਤ ਪੈ ਗਈ ਆਦੇ ਓਏ ਨੰਬਰ ਇੱਕ ਹਾਂਜੀ ਕਦੇ ਵੀ ਕੁੜੀ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਤੁਸੀਂ ਬਚਪਨ ਤੋਂ ਹੀ ਸਿੰਗਲ ਹੋ ਅੱਛਾ ਜੀ ਚਾਹੇ ਕੁੜੀ ਤੁਹਾਡੀ ਫਰੈਂਡ ਛੱਡੋ ਤੁਹਾਡੇ ਕੋਲ ਦੀ ਨਾ ਲੰਘੀ ਹੋਵੇ ਪਰ ਸਰ ਇੱਦਾਂ ਕਿਉਂ ਜੀ ਬੱਚਿਓ ਜੇ ਤੁਸੀਂ ਇੱਦਾਂ ਕਹੋਗੇ ਕੁੜੀ ਤਾਂ ਸਮਝੋਗੇ ਤੁਸੀਂ ਤਾਂ ਬੁੱਝੋ ਤੁਹਾਡੇ ਤੋਂ ਅੱਜ ਤੱਕ ਕੋਈ ਕੁੜੀ ਹੋਈ ਨਹੀਂ ਫਸੀ ਟਕਣਾ ਲਿਖ ਲਾ ਯਾਰ ਜੇ ਐਂ ਕੁੜੀਆਂ ਫਸਣ ਲੱਗ ਗਈਆਂ ਤਾਂ ਸਾਡੇ ਵਰਗੇ ਆਸ਼ਕਾਂ ਦੀ ਦੁਕਾਨ ਤਾਂ ਬੰਦ ਹੀ ਹੋ ਜੂ ਨੰਬਰ 2 ਕਦੇ ਵੀ ਕੁੜੀ ਨੂੰ ਉਹਦੀਆਂ ਹੌਬੀਜ਼ ਬਾਰੇ ਨਾ ਪੁੱਛੋ ਬਲਕਿ ਉਹਦੀ ਹੌਬੀਜ਼ ਨੂੰ ਪਹਿਲਾਂ ਹੀ ਪਤਾ ਕਰਕੇ ਰੱਖੋ ਤੇ ਉਹਨੂੰ ਦੱਸੋ ਕਿ ਤੁਹਾਡੀਆਂ ਵੀ ਇਹੀ ਹੌਬੀਜ਼ ਨੇ ਇਹ ਸੁਣ ਕੇ ਲੱਕੀ ਬੇਟਾ ਕੁੜੀ ਕੀ ਕਹੂਗੀ ਹਾਂਜੀ ਸਰ ਓ ਮਾਈ ਗੋਡ ਆਪਣੇ ਦੋਵਾਂ ਦੇ ਖਿਆਲ ਕਿੰਨੇ ਮਿਲਦੇ ਨੇ ਬਹੁਤ ਹੋਣਹਾਰ ਬੱਚਾ ਥੈਂਕ ਯੂ ਸਰ ਪਰ ਸਰ ਕੁੜੀਆਂ ਦੀਆਂ ਹੌਬੀਜ਼ ਕਿੱਥੋਂ ਪਤਾ ਕਰਾਂਗੇ ਲੈ ਇੰਸਟਾਗ੍ਰਾਮ ਫੇਸਬੁੱਕ ਸਨੈਪਚੈਟ ਕੁੜੀ ਇਸੇ ਕਰਕੇ ਤਾਂ ਯੂਜ਼ ਕਰਦੀਆਂ ਨੇ ਉਹਨਾਂ ਦੀ ਉੱਥੇ ਫਿਜ਼ਿਕਸ ਨਹੀਂ ਨਹੀਂ ਬਾਇਓ 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 ਜੀ ਆ ਕੇ ਦੇਖੋ ਸਭ ਪਤਾ ਲੱਗ ਜੂ ਬਿਲਕੁਲ ਕੀ ਕਹਿ ਰਹੇ ਸਰ ਤੂੰ ਕਾਕਾ ਕਰੇਗਾ ਕੁਛ ਨਾ ਕੁਛ ਪਰ ਸਰ ਜੇ ਕੁੜੀਆਂ ਦੀ ਹੌਬੀ ਹੋਇਆ ਹੱਥਾਂ ਤੇ ਮਹਿੰਦੀ ਲਾਉਣਾ ਫਿਰ ਕੀ ਅਸੀਂ ਵੀ ਮਹਿੰਦੀ ਲਾਉਣਾ ਸ਼ੁਰੂ ਕਰ ਦਾਂਗੇ ਬੇਟੇ ਜਿੱਡੇ ਤੇਰੇ ਧੌਲੇ ਨੇ ਨਾ ਤੈਨੂੰ ਹੱਥਾਂ ਤੇ ਨਹੀਂ ਤੈਨੂੰ ਸਿਰ ਤੇ ਲਾਉਣ ਦੀ ਲੋੜ ਆ ਵਿੱਚ ਟੋਕਣ ਦੀ ਆਦਤ ਨਹੀਂ ਜਾਂਦੀ ਸਾਲਾ ਮਹਿੰਦੀ ਅਸਰ ਨੰਬਰ 3 ਅੱਛਾ ਜੀ ਕੁੜੀਆਂ ਨੂੰ ਉਹ ਮੁੰਡੇ ਬਹੁਤ ਪਸੰਦ ਹੁੰਦੇ ਨੇ ਜਿਨ੍ਹਾਂ ਦਾ ਲਾਈਫ 'ਚ ਕੋਈ ਏਮ ਹੁੰਦਾ ਲੈ ਗੱਲ ਬਣ ਵੈਸੇ ਤਾਂ ਤੁਸੀਂ ਸਾਰੇ ਇੱਕ ਨੰਬਰ ਦੇ ਟੁੱਚੇ ਬੰਦੇ ਹੋ ਤੇਰੀ ਗੱਲ ਕਰਦੇ ਹੋ ਪਰ ਫਿਰ ਵੀ ਜਿਨ੍ਹਾਂ ਦਾ ਲਾਈਫ ਦੇ ਵਿੱਚ ਕੋਈ ਗੋਲ ਹੁੰਦਾ ਉਹ ਕੁੜੀਆਂ ਵਾਲੇ ਚੱਕਰਾਂ 'ਚ ਪੈਂਦੇ ਹੀ ਨਹੀਂ ਐਗਜ਼ਾਮਪਲ ਤੁਸੀਂ ਮੇਰੇ ਸਾਹਮਣੇ ਦੇਖ ਹੀ ਸਕਦੇ ਹੋ ਪਰ ਫਿਰ ਵੀ ਤੁਸੀਂ ਕੁੜੀਆਂ ਨੂੰ ਫੜੀਆਂ ਮਾਰ ਸਕਦੇ ਹੋ ਕਿ ਮੈਂ ਫਲਾਣਾ ਬਣਨਾ ਮੈਂ ਢਿਮਕਾ ਬਣਨਾ ਸਰ ਕੀ ਮੈਂ ਕੁੜੀ ਨੂੰ ਇਹ ਕਹਿ ਸਕਦਾ ਕਿ ਮੈਂ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣੂੰਗਾ ਨਾ 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 ਇਹੋ ਜੀ ਗਲਤੀ ਨਾ ਕਰ ਬੈਠਿਓ ਸਾਰੀ ਉਮਰ ਸਿੰਗਲ ਮਰ ਜਾਓਗੇ ਉਹ ਕਿਉਂ ਸਰ ਇਤਿਹਾਸ ਗਵਾਹ ਹੈ ਯਾਰ ਜ਼ਿਆਦਾਤਰ ਪ੍ਰਧਾਨ ਮੰਤਰੀ ਛੱਡ ਹੀ ਰਹੇ ਨੇ ਨੰਬਰ 4 ਮਿਊਜ਼ੀਕਲ ਇੰਸਟਰੂਮੈਂਟਸ ਅੱਛਾ ਕੁੜੀਆਂ ਨੂੰ ਮਿਊਜ਼ੀਕਲ ਇੰਸਟਰੂਮੈਂਟਸ ਵਜਾਉਣ ਵਾਲੇ ਮੁੰਡਿਆਂ ਵੱਲ ਕਾਫੀ ਅਟਰੈਕਸ਼ਨ ਹੁੰਦੀ ਹੈ ਜਿਵੇਂ ਗਿਟਾਰ ਫਲੂਟ ਕੀਬੋਰਡ ਭਾਜੀ ਮੈਨੂੰ ਢੋਲ ਵਜਾਉਣਾ ਆਉਂਦਾ ਬੱਲੇ ਹੋਏ ਜੇ ਕੁੜੀ ਨੂੰ ਪੈਸੇ ਪੂਹੇ ਚੁੱਕਣ ਦਾ ਸ਼ੌਂਕ ਹੋਇਆ ਫਿਰ ਤੇ ਨਾ ਘੱਟ ਹੀ ਪੈ ਸਕਦੀ ਹੈ ਨੰਬਰ 5 ਕੁੜੀਆਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਜਿਵੇਂ ਕਿ ਪਰਸਨਲ ਸੀਕ੍ਰੇਟਸ ਇਹਦੇ ਨਾਲ ਕੁੜੀ ਨੂੰ ਇਹ ਲੱਗੂਗਾ ਕਿ ਤੁਸੀਂ ਉਹਦੇ 'ਤੇ ਬਹੁਤ ਟਰੱਸਟ ਕਰਦੇ ਹੋ ਅਤੇ ਉਹ ਵੀ ਤੁਹਾਡੇ 'ਤੇ ਕਰੂਗੀ ਕਿਹੋ ਜਿਹਾ ਸੀਕ੍ਰੇਟ ਸਰ ਕਿ ਜਿਵੇਂ ਪਿੰਨ ਕੋਡ ਕੀ ਆ ਮੇਰੇ ਏਟੀਐਮ ਦਾ ਉਹ ਨਹੀਂ ਕਾਕਾ ਅੰਬੈਰੇਸਿੰਗ ਸੀਕ੍ਰੇਟਸ ਸਰ ਜਿਵੇਂ ਮੈਂ ਪਿੰਡ ਤੋਂ ਆਇਆ ਹਾਂ ਮੇਰੀ ਬੇਬੇ ਮੈਨੂੰ 3-3 ਕੱਛੇ ਦੇ ਕੇ ਭੇਜਿਆ ਇੱਕ ਵਾਰ ਪੁੱਠਾ ਕਰਕੇ ਪਾ ਲਿਉਂ ਇੱਕ ਵਾਰ ਸਿੱਧਾ ਕਰਕੇ ਪਾ ਲਿਉਂ ਮਿਊਂ ਨੂੰ ਕਰਕੇ ਪੂਰਾ ਹਫ਼ਤਾ ਟਪਾ ਲਿਉਂ ਸਰ ਅਜੂ ਚੱਲੇਗਾ ਜਾਣੀ ਕਸ਼ਹਿਰਾ ਨਹੀਂ ਗਿੱਲਾ ਹੋਣ ਦਿੰਦਾ ਕਾਕਾ ਸਕੀਮ ਤਾਂ ਤੇਰੀ ਚੰਗੀ ਹੈ ਪਰ ਇਹੋ ਜਿਹੇ ਸੀਕ੍ਰੇਟਸ ਨੂੰ ਤਾਂ ਕੁੜੀ ਤੋਂ ਚੋਰੀ ਦੀ ਬੰਦੂਕ ਵਾਂਗੂ ਸਾਂਭ ਕੇ ਰੱਖੀਦਾ ਸਰ ਜਿਵੇਂ ਮੈਂ 8ਵੀਂ ਕਲਾਸ ਤੱਕ ਰੁਮਾਲ ਬੰਨਦਾ ਰਿਹਾ ਸੀ ਤੇ 12ਵੀਂ ਕਲਾਸ ਤੱਕ ਪਟਕਾ ਬੰਨਦਾ ਰਿਹਾ ਸੀ ਇਹ ਸੀਕ੍ਰੇਟ ਚੱਲ ਜੂਗਾ ਜੀ ਉਹ ਤਾਂ ਤੇਰਾ ਮੜਾਸਾ ਦੇਖ ਕੇ ਅਗਲੀ ਨੇ ਹਿਸਾਬ ਲਾ ਲੈਣਾ ਪਰ ਫਿਰ ਵੀ ਤੂੰ ਦੱਸ ਹੀ ਨਹੀਂ ਢਿੱਡ 'ਚ ਨਾ ਰੱਖੀ ਇੱਕ ਕੰਡੀਸ਼ਨ ਆ ਵੈਸੇ ਅੱਛਾ ਇਹ ਟ੍ਰਿਕਸ ਤੁਸੀਂ ਉਸੇ ਕੁੜੀ ਤੇ ਅਪਲਾਈ ਕਰੋਗੇ ਜਿਹਨੂੰ ਤੁਸੀਂ ਸੱਚੇ ਦਿਲੋਂ ਪਿਆਰ ਕਰਦੇ ਹੋ ਉਹ ਲਿਖ ਲਓ ਇਹ ਤਾਂ ਬਹੁਤ ਜ਼ਰੂਰੀ ਗੱਲਾਂ ਹਾਂਜੀ ਚਲੋ ਅੱਜ ਲਈ ਇੰਨਾ ਬਹੁਤ ਆ ਫਿਰ ਹਾਂਜੀ ਬਹੁਤ ਆ ਮੈਨੂੰ ਲੱਗਦਾ ਇੱਕ ਸਮੈਸਟਰ ਤਾਂ ਉਹ ਇਕੱਠਾ ਹੋ ਗਿਆ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਥੈਂਕ ਯੂ things not to do with your girlfriend cha ਜਸ ਬਾਈ ਨੇ ਵੈਸੇ ਕਾਫੀ ਇੰਟਰਸਟਿੰਗ ਗੱਲਾਂ ਦੱਸੀਆਂ ਪਰ ਕੁਝ ਗੱਲਾਂ ਨੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਨੰਬਰ 1 ਅੱਜ ਕੱਲ੍ਹ ਦੇ ਮੁੰਡਿਆਂ ਦੀ ਫਿਤਰਤ ਆ ਕਿ ਉਹ ਨਵੀਂ ਗੱਡੀ ਲੈਂਦੇ ਆ 2-3 ਸਾਲ ਬੋਰ ਹੋਣ ਤੋਂ ਬਾਅਦ ਗੱਡੀ ਭਾਵੇਂ ਸਹੀ ਚੱਲਦੀ ਹੋਵੇ ਪਰ ਉਹਨੂੰ ਬਦਲ ਲੈਂਦੇ ਅਤੇ ਇਹੀ ਫੰਡਾ ਅੱਜ ਕੱਲ੍ਹ ਮੁੰਡੇ ਆਪਣੀ ਗਰਲਫ੍ਰੈਂਡਸ ਨਾਲ ਕਰਦੇ ਸੋ ਇੱਦਾਂ ਨਹੀਂ ਕਰਨਾ ਚਾਹੀਦਾ ਹਾਂ ਇਹ ਗੱਲ ਸੱਚ ਆ ਕਿ ਪਿਆਰ ਹਮੇਸ਼ਾ ਲੁਕਸ ਦੇਖ ਕੇ ਹੁੰਦਾ
पर प्यार हमेशा कुड़ी की सोच नाल करो क्योंकि लुक्स बदल जाती हैं पर कुड़ी की सोच नहीं। प्यार बहुत बड़ी चीज है, इनू अपने दो दिन के शौक पूरे करके मजाक ना बनाओ। तुहाडे लई तां मजाक होएगा पर एक कुड़ी लई अपनी जिंदगी की सब तो वड्डी गलती साबित हो सकती है। पढ़िया करो, यह जे कम तो दूर रहा करो। तुम तो सीरियस ही लगे सी। सारे जने लैब चा जाओ, रोजी मैम ने लैब च बुलाया। रोजी मैडम जी लैब लावांगे। चलो चलिए आयो। ए तेरे लग गया तो है नहीं कुछ, उही लाई फिरदा। ओ यार मैं तो जैसिका नूं इंप्रेस करने लई लाई सी, उन्हें मेरे वाल देखा ही नहीं। ओ चल यार आ जा, जे दिखाउणी सी फिर चिट्टे रंग दी लाउणी सी ना। ओए फुफड़ नूं साफ तां कर दिओ कोई, आ लव गुरु तां सारे ही बण जांदे हो। छड्ड यार। लकी तुसी भी कथक कर दियो? हाँ जी, मैनू तां बहुत पसंद है जी कथक करना, बहुत ज्यादा। ओ माय गॉड, मैनू भी कथक करना बहुत पसंद है। अच्छा? अपने ख्याल किन्ने मिलदे ने ना। हाय बहुत ज्यादा ख्याल मिलदे आ। बाबे हुण मैनू ऐ दस के आपां गाणा कड़ा गाउणा। बाबे सिलेक्शन दा तू रख, मेरे तो उपर गवालो थल्ले गवालो तैनू पता ही है। आपां ऐ करांगे कि लो गाऊंगा मैं हाई गई तो। हां घैंट का मेरे से मर जू। चल ओ ना 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 ना। और की हाल है गुरशब बेटा? थैंक यू कल के लिए, ये मेरा फोन नहीं चल रहा कल से, चेक कर दे प्लीज। अरे अरे सुन तो सही। ए आ हेलो सुना ए आ ए आ गुड मॉर्निंग, गुड मॉर्निंग स्टूडेंट्स। स्टूडेंट्स थोड़े नाल एक जरूरी गल करनी सी, कल तुहाडा रिजल्ट है। वैसे तो तुहाडे पेरेंट्स नूं मैसेजेस चले ही गए होणगे, पर फिर भी तुसी एक बारी कॉल करके जरूर दस दिओ एंड लैब वाले रजिस्टर च एंट्री जरूर कर दिओ। बिगड़ गए सूर बीरे मेरे तां। यार कॉलेज च पेरेंट टीचर मीटिंग। यार जस भाई आ जिहड़ी बैठियां ने यार डीजी, बस यार इहदे बारे तैनूं की दसां, सब इहदे बुढ़े दीआं हरकतां ने। एकम। हाँ जी। हाँ जी डीजी। इहदे च ना अपनी अटेंडेंस अटेंडेंस पढ़ दो। ओ अच्छा, एंड डैडी ठीक ने जी? मैं दे देना है। रूप। हाँ भाई। यार डेजी तुहानू अगे भंगड़ा सिखाउंदी हुंदी सी ना? हाँ भाई सिखाउंदी तां सी, पर हुण काफ़ी देर तो आई नहीं। वधिया वैसे एवें यार भंगड़े च हिप हॉप जिहा वाल दिंदी सी, एक तां यार भंगड़े नूं कहिंदी भांगड़ा। इहनूं बुला लिया करो यार सिखाउण नूं। लै भाई मसां तां खेड़ा छुट्टिया यार, मेरे करके सही यार। चल ठीक है भाई, पर इहनूं दस्सी ना कि मैं तैनूं क्या इदां करन नूं। जरूर भाई। क्या बात है? बालकी सो गुड यार। थैंक यू। आ सुन जरा। क्या बात है लखविंदर, तुसी सुरिंदर क्यों बने जा रहे हो? नाले अपने फादर साहब नु कह दियो इस बार मेरे कैबिन च सीधा ना आउन, मैं आप आके उन्हां नु मिलांगी। हां जी मैम ठीक है जी, मैं कह दूंगा। नाले घ्यो दा पीपा ना लेके आउन, तुहानू पता है ना तुहाडे पीपे दे चक्करां च लास्ट टाइम मेरा फ्लावर पॉट टुट गया सी। पीपा? तेरे डैड मैम लई पीपा लेके आए सी? तेरे डैड किन्ने फनी ने ना। पर एह जे सीक्रेट्स नू तां कुड़ी तों चोरी दी बंदूक वांगू सांभ के रखी दा।
ਲੱਕੀ ਹਾਂਜੀ ਓ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਡੈਡ ਤਾਂ ਮੇਰੇ ਬਿਜ਼ਨਸਮੈਨ ਨੇ ਹਾਂਜੀ ਐਕਚੁਅਲੀ ਸਾਡਾ ਨਾ ਬਟਰ ਦਾ ਬਿਜ਼ਨਸ ਹੈ ਤੁਸੀਂ ਆਪ ਸੋਚੋ ਬਟਰ ਨੂੰ ਸੂਟਕੇਸ 'ਚ ਪਾ ਕੇ ਤਾਂ ਲਿਆ ਨਹੀਂ ਸਕਦੇ ਪੀਪੇ ਚੱਕਣ ਨੂੰ ਤਾਂ ਕਾਲੇ ਪੀਲੇ ਰੱਖੇ ਹੋਏ ਨੇ ਜੇ ਆਪ ਚੱਕਣਗੇ ਤਾਂ ਕੋਟ ਪੈਂਟ ਨਾ ਖਰਾਬ ਹੋ ਜੂ ਪਰਸਨੈਲਿਟੀ ਬਹੁਤ ਜ਼ਿਆਦਾ ਨੇ ਯਾਨੀ ਜਿੰਨੀ ਤਾਰੀਫ ਕਰਾਂ ਉਹਨਾਂ ਦੀ ਉਨੀ ਘੱਟ ਮੈਨੂੰ ਦੱਸੋ ਇਸ ਵਾਰ ਲੈ ਆਇਓ ਦਵਾਈ ਕਿ ਨਹੀਂ ਕਰਨਲ ਸਾਹਿਬ ਤੁਹਾਡੇ ਲਈ ਦਵਾਈ ਲੈਣਾ ਭੁੱਲ ਸਕਣਾ ਕਰਨਲ ਸਾਹਿਬ ਹਾਂਜੀ ਸ਼ਾਮਾਂ ਪੈ ਗਈਆਂ ਨੇ ਅਤੇ ਹਾਲੇ ਤੱਕ ਆਪਣੇ ਲੱਕੀ ਹੋਰੀ ਨਹੀਂ ਆਏ ਉਹ ਫਿਰ ਕੀ ਹੋ ਗਿਆ ਜਵਾਨ ਮੁੰਡੇ ਨੇ ਘੁੰਮਦੇ ਫਿਰਦੇ ਆਣਗੇ ਹੈਲੋ ਆਲ ਰਾਈਟ ਗਾਈਸ ਤੁਸੀਂ ਦੇਖ ਲਿਆ ਹੁਣ ਤੁਸੀਂ ਇੱਦਾਂ ਹੀ ਕਰਨਾ ਇੱਕ ਵਾਰੀ ਪਲੀਜ਼ ਹੋਰ ਕਰਕੇ ਦਿਖਾ ਦਿਓ ਕੀ ਹੈ ਗੱਲ ਹੈ ਕੋਈ ਇਹ ਇੱਕ ਵਾਰੀ ਦੇਖ ਲਈ ਯਾਰ ਫਿਰ ਚੰਗੀ ਤਰ੍ਹਾਂ ਕਰਾਂਗੇ ਹੈਂ ਇੱਕ ਵਾਰੀ ਪਲੀਜ਼ ਨਹੀਂ ਉਹ ਵਾਹ ਵਾਹ ਕੀ ਬਾਤ ਹੈ ਬਹੁਤ ਸੋਹਣਾ ਸਾਊਂਡ ਹੈ ਗਲਤ ਕਰ ਰਿਹਾ ਇਹ ਤੁਸੀਂ ਕਿੱਥੋਂ ਸਿੱਖੇ ਵੈਸੇ ਸਟੈਪ ਥੈਂਕਸ ਯਾਰ ਮੈਂ ਨਾ ਯੂਟਿਊਬ ਵਗੈਰਾ ਤੋਂ ਦੇਖ ਦੇਖ ਕੇ ਆਪ ਹੀ ਸਿੱਖੇ ਨੇ ਐਂਡ ਥੈਂਕਸ ਫੋਰ ਲੈਟਿੰਗ ਮੀ ਇਨ ਉਹ ਨਾ ਨਾ ਥੈਂਕਸ ਕਰਨਾ ਤੇ ਅਨਮੋਲ ਦਾ ਕਰੋ ਉਹਨੇ ਤਾਂ ਮੈਨੂੰ ਦੱਸਿਆ ਤੁਹਾਡੇ ਬਾਰੇ ਅਨਮੋਲ ਨੇ ਸੀਰੀਅਸਲੀ ਹਾਂਜੀ ਐਕਚੁਅਲੀ ਅਸੀਂ ਉਹਨੂੰ ਕਿਹਾ ਸੀਗਾ ਵੀ ਐਤਕੀ ਯੂਥ ਫੈਸਟੀਵਲ 'ਚ ਅਸੀਂ ਭੰਗੜੇ 'ਚ ਸਮਥਿੰਗ ਹਿਪ ਹੋਪ ਟਾਈਪ ਚੀਜ਼ ਸਾਨੂੰ ਚਾਹੀਦੀ ਆ ਅਤੇ ਫਿਰ ਮੈਨੂੰ ਉਹਨੇ ਤੁਹਾਡੇ ਬਾਰੇ ਦੱਸਿਆ ਓਕੇ ਰੂਪ ਤੇਰੀ ਕੋਈ ਹੋਈ ਘਰੇ ਗੱਲ ਮੇਰੇ ਤਾਂ ਪਾਪਾ ਆ ਰਹੇ ਆ ਯਾਰ ਕੀਤਾ ਸੀ ਫੋਨ ਡੈਡ ਨੇ ਚੱਕਿਆ ਨਹੀਂ ਦੁਬਾਰਾ ਕਰਕੇ ਦੇਖ ਲਓ ਹਾਂ ਕਰ ਲੈ ਟ੍ਰਾਈ ਉਹ ਆ ਹੀ ਗਿਆ ਡੈਡ ਦਾ ਫੋਨ ਜਲਦੀ ਕਰ ਲੈ ਹੈਲੋ ਹਾਂਜੀ ਡੈਡ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਪੁੱਤ ਉਹ ਸੌਰੀ ਮੈਂ ਬਾਹਰ ਸੀ ਹੁਣ ਫੋਨ ਚੱਕਿਆ ਹਾਂ ਆ ਰਿਹਾ ਮੈਂ ਕੱਲ ਨੂੰ ਅੱਛਾ ਡੈਡ ਕੱਲੀ ਆ ਰਹੇ ਹੋ ਵੈਸੇ ਤਾਂ ਕੱਲਾ ਹੀ ਆ ਰਿਹਾ ਬਾਕੀ ਇੱਕ ਵਾਰ ਤੇਰੀ ਮਾਂ ਨੂੰ ਪੁੱਛ ਲੈਣਾ ਉਹ ਹਾਂ ਭਗਵਾਨੇ ਚੱਲਣਾ ਕੱਲ ਨੂੰ ਹਾਂ ਹਾਂ ਚੱਲਦੇ ਹਾਂ ਮੈਂ ਵੀ ਦੇਖਦੀ ਹਾਂ ਕੀ ਰੰਗ ਲਾਏ ਆ ਤੁਹਾਡੇ ਲਾਡਲੇ ਨੇ ਹਾਂ ਪੁੱਤ ਤੇਰੀ ਮਾਂ ਵੀ ਆ ਰਹੀ ਆ ਕੱਲ ਨੂੰ ਚੱਲ ਠੀਕ ਹੈ ਫਿਰ ਓਕੇ ਡੈਡ ਮਿਲਦੇ ਹਾਂ ਜੀ ਕੱਲ ਓਕੇ ਯਾਰ ਮਾਂ ਵੀ ਆ ਰਹੇ ਨੇ ਫਿਰ ਇਹਦੇ ਵਿੱਚ ਘਬਰਾਉਣ ਵਾਲੀ ਕਿਹੜੀ ਗੱਲ ਆ ਕੀ ਪਤਾ ਇਸ ਵਾਰ ਉਹ ਵਧੀਆ ਰਿਐਕਟ ਕਰ ਯਾਰ ਮੈਨੂੰ ਪਤਾ ਉਹਦਾ ਰੂਪ ਇੱਕ ਦਿਨ ਦੀ ਤਾਂ ਗੱਲ ਹੈ ਮੈਂ ਹੈਗੀ ਆ ਨਾ ਤੁਹਾਡੇ ਨਾਲ ਘਬਰਾਉਣ ਦੀ ਕੋਈ ਲੋੜ ਨਹੀਂ ਯਾਰ ਬਸ ਕਰ ਕਿਉਂ ਵਾਰ-ਵਾਰ ਇੱਕੋ ਗੱਲ ਕਹੀ ਨਹੀਂ ਸੁਣਦਾ ਮੈਨੂੰ ਦਿਮਾਗ ਥੋੜੀ ਖਰਾਬ ਆ ਮੇਰਾ ਪਰ ਰੂਪ ਮੈਂ ਤਾਂ ਤੁਹਾਡਾ ਮੂਡ ਠੀਕ ਕਰਨ ਦੀ ਕੋਸ਼ਿਸ਼ ਯਾਰ ਧੰਨਵਾਦ ਤੇਰਾ ਬਹੁਤ-ਬਹੁਤ ਜਾ ਤੂੰ ਹੋਸਟਲ ਜਾ ਬਈ ਆ ਜਾ ਯਾਰ ਕੋਠੀ ਚੱਲੀਏ ਭੁੱਖ ਬਹੁਤ ਲੱਗੀ ਆ ਉਹ ਆਇਆ ਯਾਰ ਬਾਈ ਰੂਪ ਵੈਸੇ ਨਾ ਜਸ ਦੀਆਂ ਆਹ ਕੁੜੀਆਂ ਫਸਾਉਣ ਵਾਲੀਆਂ ਟੈਕਨੀਕਸ ਕੰਮ ਜ਼ਰੂਰ ਕਰ ਰਹੀਆਂ ਨੇ ਓ ਯਾਰ ਇੱਕ ਤਾਂ ਯਾਰ ਤੂੰ ਪਿੱਛੇ ਬਹੁਤ ਲੱਗ ਜਾਂਦਾ ਹਰੇਕ ਦੇ ਐਂ ਥੋੜ੍ਹੀ ਕੁੜੀਆਂ ਫਸਦੀਆਂ ਹੁੰਦੀਆਂ ਨੇ ਕੁੜੀਆਂ ਫਸਾਉਣ ਦੇ ਸ਼ਾਰਟਕੱਟ ਤੈਨੂੰ ਮੈਂ ਦੱਸਦਾ ਫੋਨ ਕਿਹੜਾ ਜੈਸਿਕਾ ਕੋਲ
iPhone 4S iPhone 4S ਜਿਹਦੀ ਨਿੱਕੀ ਜੀ ਸਕਰੀਨ ਹੁੰਦੀ ਆ ਜਿਹਨੂੰ ਵੇਚ ਕੇ ਉਹ ਕੋਈ ਵੀ ਵੱਡੀ ਸਕਰੀਨ ਵਾਲਾ ਫੋਨ ਲੈ ਸਕਦੀ ਆ ਪਰ ਕਿਉਂ ਨਹੀਂ ਲੈ ਰਹੀ ਕਿਉਂ ਇਹ ਸ਼ੋਅ ਕਰਨ ਲਈ ਕਿ ਉਹਦੇ ਕੋਲ ਆਈਫੋਨ ਹੈ ਵੇਟ ਕਰ ਰਹੀ ਆ ਵੀ ਕਦੋਂ ਕੋਈ ਆਈਫੋਨ ਦਬਾਉਣ ਵਾਲਾ ਮਿਲੇ ਮੈਂ ਤਾਂ ਕਹਿੰਦਾ ਚੁੱਪ ਕਰਕੇ iPhone 7 ਲੈ ਦੇ ਜੈਸੀ ਕਾ ਤੇਰੀ ਮਤਲਬ ਵਿਜੇ ਕੁਮਾਰ ਬਣਨਾ ਪਊ ਸੂਬੇਦਾਰ ਵਿਜੇ ਕੁਮਾਰ ਸਕੀਮਾਂ ਵੈਸੇ ਮਾੜੀਆਂ ਇਹ ਵੀ ਨਹੀਂ ਦਿੰਦਾ ਬਹੁਤ ਹੀ ਚੰਗਾ ਮੁੰਡਾ ਓ ਯਾਰ ਗੱਲ ਤਾਂ ਸੁਣ ਮੇਰੀ ਮੈਂ ਕੀ ਕਹਿ ਓ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਓ ਸਤਿ ਸ੍ਰੀ ਅਕਾਲ ਪੁੱਤਰਾ ਕੀ ਹਾਲ ਹੈ ਲੱਡੂ ਖਾਤਾ ਜੇ ਤਾਂ ਅੰਕਲ ਜੀ ਯਾਰ ਤੁਸੀਂ ਸਿਰੇ ਹੀ ਲਾਤਾ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਓ ਸਤਿ ਸ੍ਰੀ ਅਕਾਲ ਮੇਰੇ ਪੁੱਤਰ ਜੀ ਸਤਿ ਸ੍ਰੀ ਅਕਾਲ ਆਪਣੇ ਓ ਹਾਲ ਹੈ ਆ ਤੇਰੀ ਬੇਬੇ ਨੇ ਸਮਾਨ ਭੇਜਿਆ ਤੇਰੇ ਲਈ ਉਹ ਲੱਡੂਆਂ ਦੇ ਦੀਵਾਨੇ ਆ ਫੜ ਲਾ ਤੇ ਨਾਲੇ ਆ ਫੜ ਪੁੱਤਰ 60,000 ਰੁਪਏ ਤੂੰ ਡਰਾਫਟਰ ਖਰੀਦਣ ਲਈ ਕਿਹਾ ਸੀ ਨਾ ਹਾਂਜੀ ਬਾਪੂ ਜੀ ਹਾਂਜੀ ਦਿਲੇ ਬਸ ਪੜਾਈ ਦੱਬ ਗਏ ਚਿੰਤਾ ਨਾ ਕਰੋ ਬਾਪੂ ਜੀ ਤੁਸੀਂ ਜਮਾਂ ਫਿਕਰ ਨਾ ਕਰੋ ਤੂੰ ਕੀ ਸਾਲਿਆ ਦੇਖਦਾ ਖੜਾ ਹੋ ਬਾਪੂ ਜੀ ਇਹ ਜੱਸ ਹੈ ਇਹ ਬਹੁਤ ਹੀ ਮਿੱਠਾ ਗਾਉਂਦਾ ਮੁੰਡਾ ਬਹੁਤ ਹੀ ਜ਼ਿਆਦਾ ਮਿੱਠਾ ਗਾਉਂਦਾ ਫਿਰ ਹੋ ਜਾਏ ਮਹਿਫਿਲ ਨਾਲੇ ਘਰ ਦੀ ਕੱਢੀ ਹੋਈ ਥੋੜ੍ਹੀ ਥੋੜ੍ਹੀ ਸਾਰਿਆਂ ਨੂੰ ਚਲੋ ਚਲੋ ਸ਼ਾਬਾਸ਼ ਹਾਂ ਸੱਚ ਕੱਲ੍ਹ ਨੂੰ ਤੇਰੀ ਬੇਬੇ ਦੇ ਬਾਪੂ ਆ ਰਹੇ ਹੈ ਹਾਂਜੀ ਆ ਰਹੇ ਨੇ ਆਪਣੇ ਲੱਕੀ ਪੁੱਤਰ ਹਾਂਜੀ ਬਾਪੂ ਜੀ ਆਪਣੇ ਕਰਨਲ ਸਾਹਿਬ ਤੇਰੇ ਲਈ ਕੁਝ ਦੇ ਗਏ ਸੀ ਮੈਂ ਅਲਮਾਰੀ 'ਚ ਰੱਖ ਦਿੱਤਾ ਅੱਛਾ ਰੱਖ ਦਿੱਤਾ ਮੈਂ ਹੁਣ ਦੇਖਣਾ ਬਾਪੂ ਜੀ ਉਹ ਹੋਰ ਅਨਮੋਲ ਪੁੱਤਰਾ ਪੜਾਈ ਪੜੂਈ ਕਿਸੀ ਚੱਲ ਰਹੀ ਹੈ ਬਸ ਅੰਕਲ ਜੀ ਬਹੁਤ ਵਧੀਆ ਤੁਹਾਡਾ ਹੀ ਸੇਵਾ ਚਾਹੀਦਾ ਹੈਲੋ ਹਾਂਜੀ ਡੈਡੀ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਗੁਰਸ਼ਬ ਪੁੱਤਰ ਕੀ ਹਾਲ ਨੇ ਉਹ ਸੌਰੀ ਮੈਂ MLA ਸਾਹਿਬ ਨਾਲ ਦਿੱਲੀ ਗਿਆ ਹੋਇਆ ਸੀ ਅੱਛਾ ਕੱਲ ਆ ਰਹੇ ਬਾਪੂ ਜੀ ਉਹ ਐ ਹੋ ਸਕਦਾ ਕਿਵੇਂ ਨਾਮ ਹੈ ਚੱਲ ਠੀਕ ਹੈ ਮਿਲਦੇ ਆ ਫਿਰ ਕੱਲ ਨੂੰ ਥੰਮ ਜਾ ਯਾਰ ਜਦੋਂ ਵੀ ਤੇਰੇ ਕੋਲੋਂ ਕੁਝ ਸੁਣਨਾ ਤੂੰ ਮਿਰਜ਼ੇ ਨੂੰ ਫੜ ਕੇ ਬਹਿ ਜਾਣਾ ਉਹ ਤੂੰ ਸੁਣਾ ਪੁੱਤਰ ਹਾਂ ਉਹ ਕੀ ਮਾਨਕ ਦੇ ਗੀਤ ਸੁਣਨ ਨੂੰ ਜੀ ਕਰਦਾ ਲਓ ਜੀ ਸੁਣੋ ਫਿਰ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਹੈ ਠੰਡੜੀ ਛਾਂ ਦੁਨੀਆ ਵਾਲੇ ਓ ਪੁੱਤ ਐ ਖੁਸ਼ੀ ਦੇ ਮਾਹੌਲ ਚ ਤੂੰ ਰੌਣ ਪਿੱਟਣ ਵਾਲੇ ਗਾਣੇ ਕਾਹਨੂੰ ਲੈ ਕੇ ਬੈਠ ਗਿਆ ਕੋਈ ਖੁਸ਼ੀ ਦੇ ਗੀਤ ਗਾਓ ਸਾਨੂੰ ਰੋਗੀ ਜਹੇ ਕਰਗੀ ਦਾਰੂ ਪੀਨਿਆ ਰੱਬ ਵਾਂਗੂ ਨਾ ਲੈ ਲੈ ਕੇ ਜੱਟੀ ਦਾ ਜੀਨਿਆ ਓ ਬੱਲੇ 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 ਓ ਰੱਬ ਵਾਂਗੂ ਨਾ ਲੈ ਕੇ ਜੱਟੀ ਦਾ ਜੀਨਿਆ ਦੇਖੋ ਜੀ 8ਵਾਂ ਸੁਰ ਸੀ ਇਹ ਸਿਰਫ ਉਸਤਾਦ ਜੀ ਲਾ ਸਕਦੇ ਦੇਖਦਾ ਡੈਡ ਨੂੰ ਇੰਨਾ ਉੱਚੀ ਬੋਲਣ ਦੀ ਕੀ ਲੋੜ ਤੈਨੂੰ ਸ਼ਰਮ ਨਹੀਂ ਆਉਂਦੀ ਆਪਦੀ ਮਾਂ ਨਾਲ ਜ਼ਬਾਨ ਲੜਾਉਂਦੇ ਨੂੰ ਡੈਡ ਚੁੱਪ ਕਰ ਹੁਣ ਨਹੀਂ ਨਹੀਂ ਅੰਕਲ ਕੁਛ ਤਾਂ ਗੱਲ ਹੈ ਇਹਦੀ ਆਵਾਜ਼ 'ਚ ਜੈ ਖਰਾਸ਼ ਤੁਸੀਂ ਚੁੱਪ ਕਰੋ ਜੀ ਕੀ ਗੱਲ ਲੱਕੀ ਨਹੀਂ ਆਇਆ ਕਿਤੇ ਥੋੜਾ ਜਿਹਾ ਢਿੱਲਾ ਸਿਰ ਜਿਹਾ ਦੁਖਦਾ ਅੱਜ ਆਜੂ ਪਾਪਾ ਕੱਲ ਤੋਂ ਤਾਂ ਯੂਥ ਫੈਸਟੀਵਲ ਸ਼ੁਰੂ ਨੇ ਮੈਂ ਤਾਂ ਕਹਿੰਦੀ ਆ ਤੁਸੀਂ ਵੀ ਇੱਥੇ ਰੁਕ ਜਾਓ ਉਹ ਨਾ 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 ਮੇਰਾ ਪੁੱਤ ਤੂੰ ਐਂ ਕਰ ਛੇਤੀ ਕਰ ਆਪਣਾ ਬੋਰੀ ਬਿਸਤਰਾ ਬੰਨ ਪਿੰਡ ਨੂੰ ਚੱਲੀਏ ਕੌਣ ਦਿਲਾਂ ਦੀਆਂ ਜਾਣ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਸਾਡਾ 4th ਐਪੀਸੋਡ ਤੇ ਟਿਪਸ ਤਾਂ ਤੁਸੀਂ ਆਪਣੀਆਂ ਟਿਪਸ ਤੇ ਨੋਟ ਕਰ ਹੀ ਲਈਆਂ ਹੋਣਗੀਆਂ ਤੇ ਨੈਕਸਟ ਐਪੀਸੋਡ ਦੀ ਵੀ ਡੇਟ ਨੋਟ ਕਰੋ 13 ਅਕਤੂਬਰ ਸ਼ਾਮ ਨੂੰ 5 ਵਜੇ ਤੇ ਸਾਡਾ YouTube ਚੈਨਲ ਟ੍ਰੋਲ ਪੰਜਾਬੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਕਰੇ ਕਰੇ